इस वीडियो में असी थोनू पेंट काट पजामा किस तरह तैयार करना उस बारे दसांगे। कुर्ता असी थोनू पिछली वीडियो में तैयार करना पूरा सिखा चुके हैं। हुण आपां लवांगे पजामे की लंबाई। लिखो पजामा पेंट काट पजामे की लंबाई तुसी बेल्ट तो नीचे दूंगे पर लंबाई चाहिए 35 इंच तैयार चाहिए है। डेढ़ इंच अपन फोल्ड करने वास्ते चाहिए तो अद्धा इंच अंदर दो और अद्धा इंच उपर 2.5 इंच चाहिए तो 37 इंच हो जाए। अग्गा चढ़ाई पिछा चढ़ाई क्योंकि अगे तो पिछे का 2 इंच का फर्क होंगे। अग्गा 2 इंच घट और पिछा 2 इंच वध होंगे। आसन तो लेके आप मिनना नाप कि आसन तो लैके सीन तक अपन कि चाहिए सीन तक चाहिए अपन 11 इंच प्लस 1 इंच 12 इंच दोनों पास अद्धा अद्धा इंच सिलाई हक ले लिया। इस तरह पिछले पास का तुसी मिन सकते हैं आसन तो लैके सिर च सीन तक जाओ सीन तक अपने को पिछा चढ़ाई 13 इंच प्लस 1 इंच सिलाई हक 14 इंच चाहिए अपन। आसन मिलो तुसी अगले पासे उपर आसन दे काट पाई जाती है इस करके अगले पासे दा आसन अपन छोटा दिखाई दिंदा पिछले पासे अपन आसन वड्डा दिखाई दिंदा। पिछले पासों तुसी आसन मिलो अपन आसन की लंबाई कितनी चाहिए है कितने इंच ते आपां काट पाई है आसन की काट पाई है 12 इंच से क्योंकि जे आप नीचे वाले सीन ला के जानी तो 12 इंच ही कटांगे तो 12 इंच ही अपन तैयार रहना। अगों आसन चाहिए अपन सिर च मिनो 10 इंच 10 इंच 2 इंच के उपरों आप काट दे देंगे आसन अपने को 10 इंच रह जूगा लेकिन जो आप काट आई पावे उदो अपने को 12 इंच होगा। उस तो बाद अगले पास उपरों काट 2 इंच की देवे भुलेखा रहे इस करके असं सू दुबारे आसन दिखा रहे हैं जिक करके कि किस तरह आसन मिलना बिल्कुल सेज जाके मिलो जो तुसी नाप लेना ये बेल्ट तक लेना बेल्ट तो नीचे तक उतों अद्धा इंच सिलाई हक रख लो बेल्ट वक्री मिनी जानी वक्री लगनी मूहरी मिनो पहुँचा कि तैयार अपने को मूहरी तैयार है 7.25 इंच
ਪੱਗਾ ਮੂਰੀ ਆਪਣੇ ਕੋਲ 6.5 ਪਲੱਸ 1 7.5 ਇੰਚ ਤੇ ਪਿੱਛਾ ਮੂਰੀ ਕਿੰਨੀ ਆਪਾਂ ਉਹ ਮਿਲ ਲੇਗੇ ਪਿੱਛਾ ਮੂਰੀ ਚਾਹੀਦੀ ਆਪਾਂ ਨੂੰ 8 ਪਲੱਸ 1 9 ਇੰਚ ਪੋਕਟ ਜੇਬ ਬਾਰੇ ਲਿਖੋ ਤੁਸੀਂ ਹੁਣ ਜੇਬ ਦੀ ਲੰਬਾਈ ਚੜਾਈ ਕਰਨੀ ਪੈਣੀ ਆਪਾਂ ਨੂੰ ਕਿੰਨੀ ਚਾਹੀਦੀ ਹੈ ਜੇਬ ਲੰਬਾਈ ਚਾਹੀਦੀ ਆਪਾਂ ਨੂੰ 12 ਇੰਚ 12 ਇੰਚ ਲੰਬਾਈ ਆਪਾਂ ਨੂੰ ਦੂਰੀ ਕਰਕੇ ਚਾਹੀਦੀ ਹੈ ਇਸ ਲਈ 12 ਅਤੇ 12 ਆਪਾਂ ਨੂੰ 24 ਇੰਚ ਕੱਪੜਾ ਚਾਹੀਦਾ ਹੋਊਗਾ ਉਸ ਟਾਈਮ ਦਿਖਾਈ 12 ਇੰਚ ਦਿੰਦੀ ਹੈ ਲੇਕਿਨ ਕੱਪੜਾ 24 ਇੰਚ ਚਾਹੀਦਾ ਦੂਰਾ ਕਰਕੇ ਅਤੇ ਚੜਾਈ ਚਾਹੀਦੀ ਆਪਾਂ ਨੂੰ 6.5 ਇੰਚ ਜੇ ਤੁਸੀਂ ਚੜਾਈ ਵਾਲੀ ਸਾਈਡ ਤੋਂ 6.5 ਲੈ ਰਹੇ ਹੋ ਤਾਂ ਚੜਾਈ ਵਾਲੀ ਸਾਈਡ ਤੋਂ ਦੂਰਾ ਲੈ ਸਕਦੇ ਹੋ ਜੇ ਲੰਬਾਈ ਵਾਲੀ ਸਾਈਡ ਤੋਂ ਲੈ ਰਹੇ ਹੋ ਤਾਂ ਲੰਬਾਈ ਵਾਲੀ ਸਾਈਡ ਤੋਂ ਲੈ ਰਹੇ ਹੋ ਇੱਥੇ ਆਪਾਂ 2 ਜੇਬਾਂ ਲਾਉਣੇ ਆ ਇਸ ਲਈ ਆਪਾਂ ਨੂੰ 2 ਜੇਬਾਂ ਦਾ ਕੱਪੜਾ ਲੈਣਾ ਪੈਣਾ ਤੁਸੀਂ ਲਿਖੋ ਬੈਲਟ ਲੰਬਾਈ ਮਿਲਾਂਗੇ ਆਪਾਂ ਅੱਧ ਤੱਕ ਕਿੰਨੀ ਚਾਹੀਦੀ ਆਪਾਂ ਨੂੰ ਇੱਕ ਸਾਈਡ ਦੀ ਬੈਲਟ ਲੰਬਾਈ ਚਾਹੀਦੀ ਆਪਾਂ ਨੂੰ 17 ਇੰਚ ਪਲੱਸ ਅੰਦਰ ਫੋਲਡ ਕਰਨ ਲਈ ਮੂਹਰੇ 5 ਇੰਚ ਚਾਹੀਦੀ ਹੈ ਅਤੇ ਪਿੱਛੇ ਫੋਲਡ ਕਰਨ ਲਈ ਆਪਾਂ ਨੂੰ 2 ਇੰਚ ਚਾਹੀਦੀ ਹੈ ਇਹ ਕੁੱਲ ਮਿਲਾ ਕੇ ਆਪਾਂ ਬੈਲਟ ਜਿਹੜੀ ਤਿਆਰ ਕਰਨੀ 24 ਇੰਚ ਦੀ ਤਿਆਰ ਕਟਾਈ ਕਰਨੀ ਹੈ ਚੜਾਈ ਚਾਹੀਦੀ ਬੈਲਟ ਦੀ ਆਪਾਂ ਨੂੰ 5 ਇੰਚ ਆਪਾਂ ਨੂੰ 2 ਇੰਚ ਦਿਖਾਈ ਦੇ ਰਹੀ ਹੈ ਅਤੇ ਬਾਕੀ ਆਪਣੀ 2 ਇੰਚ ਅੰਦਰ ਫੋਲਡ ਹੋਣੀ ਹੈ ਅਤੇ ਅੱਧਾ ਅੱਧਾ ਇੰਚ ਉਦੋਂ ਅੱਗੇ ਸਿਲਾਈ ਹੱਕ ਦੀ ਜਾਣੀ ਹੈ 2 ਇੰਚ ਬੈਲਟ ਤਿਆਰ ਲਈ ਆਪਾਂ ਨੂੰ 5 ਇੰਚ ਕੱਪੜੇ ਦੀ ਕਟਾਈ ਕਰਨੀ ਪੈਣੀ ਹੈ ਦੂਸਰੇ ਸਾਈਡ 'ਤੇ ਆਪਾਂ ਨੂੰ ਬੈਲਟ ਲੰਬਾਈ ਚਾਹੀਦੀ ਹੈ 16 ਇੰਚ 16 ਇੰਚ ਪਲੱਸ ਆਪਾਂ ਨੂੰ 2.5 ਇੰਚ ਚਾਹੀਦੀ ਹੈ ਅਤੇ ਸਾਰੀ ਆਪਾਂ ਨੂੰ ਕੁੱਲ ਚਾਹੀਦੀ ਹੈ 18.5 ਇੰਚ ਇਹਦੇ ਵਿੱਚ ਅੱਧਾ ਇੰਚ ਅੰਦਰ ਮੋੜਨ ਲਈ ਮੂਹਰਲੇ ਪਾਸੇ ਅਤੇ 2 ਇੰਚ ਪਿੱਛੇ ਚਾਹੀਦੀ ਹੈ ਇਸੇ ਤਰ੍ਹਾਂ ਇਹਦੀ ਚੜਾਈ ਵੀ ਬੈਲਟ ਦੀ ਆਪਾਂ ਨੂੰ 5 ਇੰਚ ਹੀ ਚਾਹੀਦੀ ਹੈ ਤੁਹਾਨੂੰ ਇਹ ਜੋ ਲੁੱਪੀ ਲੱਗੀ ਦਿਖਾ ਰਹੇ ਹਾਂ ਜਿਸ 'ਤੇ ਬਟਨ ਲੱਗਣਾ ਜ਼ਰੂਰਤ ਅਨੁਸਾਰ ਆਪਾਂ ਪਜਾਮੇ ਦੀ ਬੈਲਟ ਨੂੰ ਟਾਈਟ ਕਰ ਸਕਦੇ ਹਾਂ ਉਹ ਆਪਾਂ ਨੂੰ 3.5 ਇੰਚ ਤਿਆਰ ਚਾਹੀਦੀ ਹੈ ਜਿਸ ਦੇ ਉੱਪਰ ਕੇ ਕਾਜ ਕੀਤਾ ਜਾਂਦਾ ਅਤੇ ਬਟਨ ਪਜਾਮੇ ਦੀ ਬੈਲਟ 'ਤੇ ਲੱਗਦਾ 3.5 ਇੰਚ ਤਿਆਰ ਚਾਹੀਦੀ ਅਤੇ ਇਹਦੇ ਲਈ ਆਪਾਂ ਨੂੰ ਕੱਪੜਾ ਕੱਟਣਾ ਪੈਣਾ 1 ਇੰਚ ਵੱਧ 4.5 ਇੰਚ ਇਹਦੇ ਲਈ ਚੜਾਈ ਚਾਹੀਦੀ ਆਪਾਂ ਨੂੰ 1 ਪਲੱਸ 1 2 ਇੰਚ ਇੱਥੋਂ ਤੱਕ ਅਸੀਂ ਤੁਹਾਨੂੰ ਪਜਾਮੇ ਦੀ ਲੰਬਾਈ ਚੜਾਈ ਬਾਰੇ ਦੱਸਿਆ ਇਸ ਤੋਂ ਆਉਣ ਵਾਲੀ ਵੀਡੀਓ ਵਿੱਚ ਵੀ ਅਸੀਂ ਤੁਹਾਨੂੰ ਪਜਾਮੇ ਬਾਰੇ ਸਮਝਾਵਾਂਗੇ